ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ। ਟਿਕਟੌਕ ਐਪ ਦੇ ਰਾਹੀਂ ਵੀਡੀਓਜ਼ ਨੂੰ ਸ਼ੇਅਰ ਕਰਕੇ ਮਸ਼ਹੂਰ ਹੋਣ ਵਾਲੇ 20% ਗੈਸ ਵਾਲੇ ਸੁਰਿੰਦਰ ਸਿੰਘ ਦਾ ਨਵਾਂ ਗਾਣਾ ਰਿਲੀਜ਼ ਹੋ ਚੁੱਕਿਆ। ਸੁਰਿੰਦਰ ਸਿੰਘ ਦੇ ਰਿਲੀਜ਼ ਹੋਏ ਇਸ ਨਵੇਂ ਗਾਣੇ ਦਾ ਨਾਮ ਹੈ ਗੈਸ 20%। ਟਿਕਟੌਕ ਉੱਤੇ ਵਾਇਰਲ ਹੋ ਰਹੇ ਗੈਸ ਪੂਰੀ 20% ਵਾਲੇ ਸੁਰਿੰਦਰ ਸਿੰਘ ਦਾ ਨਵਾਂ ਗਾਣਾ ਲਾਂਚ ਹੋ ਗਿਆ ਹੈ। ਇਸ ਗਾਣੇ ਦੇ ਵਿੱਚ ਸੁਰਿੰਦਰ ਸਿੰਘ ਦੇ ਨਾਲ ਫੀਚਰ ਕਰ ਰਹੇ ਨੇ RJT ਤੇ ਇਸ ਗਾਣੇ ਦਾ 뮤직 ਕੀਤਾ ਹੈ ਡ੍ਰੀਮ ਬॉय ਨੇ ਤੇ ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਦਿਲਜੀਤ ਸਿੰਘ ਨੇ। ਇਹ ਗਾਣਾ 27 ਮਈ ਨੂੰ ਰਿਲੀਜ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਗਾਣਾ YouTube ਟ੍ਰੈਂਡਿੰਗ ਲਿਸਟ ਦੇ ਵਿੱਚ 3 ਨੰਬਰ ਤੇ ਹੈ। ਇਸ ਗਾਣੇ ਨੂੰ 6 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਤੇ ਜਿੱਥੇ ਲੋਕ ਇੱਕ ਪਾਸੇ ਇਸ ਗਾਣੇ ਨੂੰ ਪਸੰਦ ਕਰ ਰਹੇ ਨੇ, ਉੱਥੇ ਹੀ ਲੋਕ ਇਸ ਗਾਣੇ ਨੂੰ ਮੁੱਖ ਮੰਤਰੀ ਦੇ ਨਾਲ ਕੰਪੇਅਰ ਵੀ ਕਰ ਰਹੇ ਨੇ। ਸੋ ਕਿਹੋ ਜਿਹਾ ਲੱਗਿਆ ਤੁਹਾਨੂੰ ਸੁਰਿੰਦਰ ਸਿੰਘ ਵੱਲੋਂ ਗਾਇਆ ਹੋਇਆ ਗਾਣਾ ਗੈਸ ਪੂਰੀ 20%? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਰ YouTube ਚੈਨਲ ਸਵੇਰਾ ਸਟਾਰ ਟਾਕਸ।